बिस्मिल्लाहिर्रहमानिर्रहीम। अस्सलाम वालेकुम, कैसे हैं मेरे बहन भाई? उम्मीद करती हूँ कि मेरे बहन भाई सब खुश होंगे, आबाद होंगे। अल्लाह ताला मेरे बहन भाई ने खुश रखे, आबाद रखे। इसी प्यारी से दुआ दे नाल आज ब्लॉग दा कर दी गा। जिन्हें मेरे भैन भाई ने नसीम आपी चैनल सब्सक्राइब नहीं किया तो प्लीज़ सब्सक्राइब कर लो, बैल का बटन प्रेस कर लो ताकि आने वाली वीडियो पर वक्त मेरे भैन भाइयों की घर पहुँचती रहे। अच्छा जी, मैं जा रही बाजार, तो सलीम की तबीयत खराब है, वो पठियां खिचाओ वा तो वह पासा सो जाता, तो हम दवाई लैन चलनी है तस्लीम के नाल। बाकी मेरे भैन भाई वीडियो के नाल जुड़े रहिए, वीडियो का बाकी जोड़ा भी सीन हो अपने भैन भाइयों के नाल शेयर करते रहो। डॉक्टर साहब को पहुँच आए हैं, ब्लड प्रेशर चेक कराया वा ज़्यादा थोड़ा जहाँ, डॉक्टर साहब कह रहे हैं मेडिसिन लेके दे रहे हैं, तो हम दवाई लेने तो मसला पूछते डॉक्टर साहब ने कि मसला बनता है। तो भाई छोड़ गया से सानू दरवाजे अगे, तो आप चले गए वापसी, हूँ रिक्शे से जावे। सामिया बेटी भी नाल आई, सामिया भाई कह रही सी तस्लीम मैं साग खाता तो वह मेरा सिर चकर आता वा, बीपी ज्यादा ना कहती मैं साग नहीं खाना शायद साग साग की वजह तो कोई तबीयत खराब हुई ना गर्म। हाँ जी आज तस्लीम इंजैक्शन लवाने लगी, इंजैक्शन लिखे दिता डॉक्टर साहब ने, चैकअप किया, कह रहे 5 दिन की दवाई खाओ, दवाई खा के फिर चैकअप कराइयो। हम तस्लीम तो इंजैक्शन लवाने फिर घर जाने। मेडिसिन ली तस्लीम की 1,080 रुपये की दवाई, तो डॉक्टर साहब ने कहा 5 दिन खाइए दवाई। हाँ जी शल्ट कर दे। जमशेद बेटे का यूनिफॉर्म लैना सी, मेरी भैन का भला हो तो मेरी आपी ने भेजे से, फिर मैं चूल्हा लै लिया नाल यूनिफॉर्म बच्चे का लैना सी जमशेद का, वो लाना है। जी जी बराबर है ना, पूरी आ जानी बस। बेल्ट लांदे ते है नहीं बच्चे, बेल्ट दे विच ही आ सही नहीं बस।
ਤੇ ਮੈਂ ਛੇਤੀ ਬੇਟੇ ਦਾ ਯੂਨੀਫਾਰਮ ਲੈ ਗਿਆ ਮੈਂ ਸਲੀਮ ਨੇ ਰਜ਼ਾਈ ਲੈਣੀ ਸੀ ਆਹ ਰਜ਼ਾਈ ਲਈ ਅਤੇ ਰਜ਼ਾਈ ਲੈ ਕੇ ਦਿੰਦੇ ਘਰ ਬਾਈ ਕਿੰਨੇ ਦੀ ਸੀ ਰਜ਼ਾਈ 400 ਦੀ 1100 ਦੀ 17 ਲੈ ਜੀ 1100 ਦਾ ਕੱਪੜਾ ਹੈ ਰਜ਼ਾਈ ਦਾ ਅਤੇ ਸਲੀਮ ਨੇ ਲੈ ਲਈ ਇਹਦੇ ਨਾਲ ਕਟਾ ਕੇ ਆਦੀ ਪੈਰੀ ਲੱਗੀ ਮੈਂ ਕਿਹਾ ਇਹੀ ਲੈ ਲਓ ਮੈਨੂੰ ਕਲਰ ਸੋਹਣਾ ਲੱਗਾ ਨਾ ਅੱਛੇ ਲੱਗਦੇ 17 ਦੇ ਉੱਪਰ ਲੀਆਂ ਰਜ਼ਾਈਆਂ ਰਜ਼ਾਈ ਲੈ ਲਈ ਹੁਣ ਘਰ ਜਾਂਦੇ ਜੀ ਦਵਾਈ ਲੈ ਲਈ ਹੈ ਅਤੇ ਚੀਜ਼ਾਂ ਵੀ ਲਈਆਂ ਰਜ਼ਾਈ ਲੈਣੀ ਸੀ ਅਤੇ ਸਲੀਮ ਨੇ ਵੀ ਲੈ ਲਈ ਮੈਂ ਵੀ ਬੱਚਿਆਂ ਦੇ ਵਾਸਤੇ ਅਤੇ ਖੇਤ ਬੇਟੇ ਦੀ ਵਰਦੀ ਲੈ ਲਈ ਵਾਪਸ ਜਾ ਰਹੇ ਘਰ ਨੂੰ ਰਿਕਸ਼ੇ ਦੇ ਵਿੱਚ ਬੈਠ ਕੇ ਸਾਮੀਆਂ ਬੇਟੀ ਵੀ ਬੈਠੀ ਸਾਮੀਆਂ ਚੱਲੇ ਘਰ ਚੱਲੇ ਚਲੋ ਆਂਟੀ ਕੋ ਬੁਲਾਓ ਆਂਟੀ ਕੋ ਬੁਲਾਓ ਕਿ ਆਂਟੀ ਚੱਲੇ ਘਰ ਚੱਲੇ ਸ਼ਾਬਾਸ਼ ਹਾਨੀਆ ਬੇਟੀ ਵੀ ਆ ਗਈ ਸਕੂਲੋਂ ਹਾਨੀਆ ਆ ਗਏ ਬੇਟੇ ਜਮਸ਼ੇਦ ਬੇਟਾ ਵੀ ਆ ਗਿਆ ਭਾਈ ਰਕਸ਼ੇ ਵਾਲਾ ਵਾਪਸ ਜਾ ਰਿਹਾ ਭਾਈ ਜਮਸ਼ੇਦ ਬੇਟਾ ਵੀ ਆ ਗਿਆ ਅਤੇ ਅਸੀਂ ਘਰ ਆ ਗਏ ਚਲੋ ਬੇਟਾ ਦਰਵਾਜ਼ਾ ਖੋਲੋ ਚਲੋ ਦਰਵਾਜ਼ਾ ਖੋਲੋ ਹਾਂਜੀ ਬੇਟੇ ਹਾਂਜੀ ਯੂਨੀਫਾਰਮ ਲੈ ਕੇ ਗਈ ਆਪਣੇ ਬੇਟੇ ਦਾ ਹੈਂ ਠੀਕ ਹੈ ਮੈਂ ਕਿਹਾ ਖਰਾਬ ਹੋਇਆ ਪਿਆ ਸਾਰਾ ਉੱਚਾ ਹੋਇਆ ਪਿਆ ਲੈ ਕੇ ਗਈ ਬਹੁਤ ਬਰੀਕ ਹੋਇਆ ਪਿਆ ਸੀ ਜਮਸ਼ੇਦ ਬੇਟੇ ਦਾ ਯੂਨੀਫਾਰਮ ਗੰਦਾ ਹੋਇਆ ਸੀ ਬਹੁਤ ਚਲੋ ਬੇਟਾ ਭਾਈ ਲੈ ਕੇ ਅਤੇ ਬੱਚਿਆਂ ਨੂੰ ਛੁੱਟੀ ਹੋ ਗਈ ਸਕੂਲੋਂ ਅਤੇ ਸ਼ਾਮੀਆਂ ਬੇਟੀ ਜਾ ਰਹੀ ਹਾਨੀਆਂ ਨੂੰ ਆਦੀਆਂ ਅੱਗੇ ਹੁੰਦੀ ਆਪੀ ਦੇ ਅੱਗੋਂ ਦੀ ਉਹ ਆਦੀਆਂ ਬੇਟੀ ਆ ਰਹੀ ਹਾਂ ਸ਼ਾਮੀਆਂ ਬੇਟੀ ਦੇਖ ਕੇ ਭੱਜ ਗਈ ਮੰਮਾ ਮੈਂ ਆਪੀ ਦੇ ਅੱਗੋਂ ਦੀ ਜਾਣਾ ਹਜੇ ਮੈਂ ਨਹੀਂ ਉਤਾਰਿਆ ਅਤੇ ਮੈਂ ਕਿਹਾ ਬੱਚੇ ਸਕੂਲੋਂ ਆ ਰਹੇ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਸਾਮੀਆਂ ਬੇਟੀ ਅੱਗੋਂ ਦੀ ਭੱਜ ਗਈ ਆਪੀ ਦੇ ਅੱਗੋਂ ਦੀ ਭੱਜ ਗਈ ਸਾਮੀਆਂ ਬੇਟੀ ਤੇ ਬਾਕੀ ਮੈਂ ਯੂਨੀਫਾਰਮ ਲਿਆਇਆ ਸੀ ਦੂਸਰੇ ਬੇਟੇ ਦਾ ਇਹ ਆਇਆ ਵਾ ਕਿ ਬਾਰਾਂ ਸੌ ਕਹਿੰਦਾ ਸੀ ਦੂਸਰਾ ਬਾਰਾਂ ਸੌ ਦਾ ਭਾਈ ਲੈ ਕੇ ਆਇਆ ਯੂਨੀਫਾਰਮ ਅਤੇ ਮੈਂ ਲੈ ਕੇ 1000 ਦਾ ਜਮਸ਼ੇਦ ਬੇਟੇ ਦਾ ਪੈਂਟ ਥੋੜ੍ਹੀ ਜਿਹੀ ਹਲਕੀ ਹੈ ਅਤੇ ਇਸ ਵਾਸਤੇ ਫਿਰ ਮੈਂ 1000 ਦਾ ਲੈ ਕੇ ਆਈ ਮੈਂ ਕਿਹਾ ਫਿਰ ਇੱਕ ਵਾਰੀ ਚੱਕਰ ਲੱਗੂਗਾ ਇੱਕ ਹੋਰ ਲਿਆ ਦੂੰਗੀ ਦੋ ਹੋ ਜਾਣਗੇ ਇੱਕ ਧੋ ਲੈਂਦਾ ਇੱਕ ਬੰਦਾ ਪਾ ਲੈਂਦਾ ਅਤੇ ਜਮਸ਼ੇਦ ਬੇਟੇ ਦਾ ਯੂਨੀਫਾਰਮ ਲਿਆਂਦਾ ਅਤੇ ਬਾਕੀ ਆ ਤਸਲੀਮ ਲੈ ਕੇ ਗਈ ਰਜ਼ਾਈ ਸੀ ਨਹੀਂ ਤਸਲੀਮ ਨੇ ਮੈਂ ਆਂਟੀ ਰਜ਼ਾਈ ਆ ਤੇ ਪਾਣੀ ਹਾਂ ਰਜ਼ਾਈ ਦਾ ਛਾੜਾ ਲਿਆਈ ਤਸਲੀਮ ਉਹਨੇ ਰਜ਼ਾਈ ਆਪਦੀ ਸੀ ਨਹੀਂ ਹੈ ਕੱਲ੍ਹ ਭਰਾਈ ਹੈ ਤਾਂ ਤਸਲੀਮ ਆਪਦਾ ਰਜ਼ਾਈ ਦਾ ਛਾੜਾ ਲੈ ਕੇ ਆਈ ਪਸੰਦ ਮੇਰੀ ਹੈ ਮੈਂ ਕਿਹਾ ਬਹੁਤ ਪਿਆਰਾ ਕਲਰ ਆ ਮੰਮਾ ਦੀ ਪਸੰਦ ਹੀ ਅੱਛੀ ਹੁੰਦੀ ਤੇ ਬਾਕੀ ਆ ਮੈਂ ਗਲੈਸਰੀਨ ਉਦਣ ਲਈ ਸੀ ਤੇ ਗੁਲਾਬ ਦਾ ਅਰਗ ਲਈ ਜਮਸ਼ੇਦ ਬੇਟੇ ਦੀ ਜਿਲਦ ਬਹੁਤ ਫੱਟ ਜਾਂਦੀ ਹੈ ਤੇ ਮੈਂ ਕਿਹਾ ਗਲੈਸਰੀਨ ਦੇ ਵਿੱਚ ਮਿਕਸ ਕਰਕੇ ਗੁਲਾਬ ਦਾ ਅਰਗ ਮਿਲਾਇਆ ਦੋ ਹਾਂਜੀ ਤੇ ਬਾਕੀ ਮੈਂ ਚੀਜ਼ਾਂ ਲੈ ਕੇ ਆਈ ਹਾਂ ਇਹ ਮੇਥੇ ਦਾਲਚੀਨੀ ਦਾ ਕਾਵਾ ਬਣਾ ਕੇ ਪੀਣਾ ਪੇਟ ਦੇ ਮੇਰੇ ਜੋੜਾਂ 'ਚ ਦਰਦ ਹੁੰਦਾ ਕੁੰਜੀ ਲੈ ਕੇ ਆਈ ਕਹਿੰਦੇ ਕੁੰਜੀ ਬਹੁਤ ਜੋੜਾਂ 'ਚ ਫਾਇਦੇਮੰਦ ਹੁੰਦੀ ਆਹ ਚੀਜ਼ਾਂ ਮੈਂ ਲੈ ਕੇ ਆਈ ਉਹਨਾਂ ਦਾ ਕਾਵਾ ਬਣਾ ਕੇ ਪੀਆ ਕਰਨਾ ਕੁੰਜੀ ਥੋੜ੍ਹੀ ਜਿਹੀ ਵੈਸੇ ਬੰਦਾ ਬਸ ਬਾ ਮੈਂ ਲਿਆ ਪੇਟ ਲੈ ਜਾਵੇ ਮੌਸਮ ਆਹ ਜੀਰਾ ਵਾ ਕੰਮ ਤਾਂ ਜੀਰਾ ਹਾਂਜੀ ਚ ਪਾਉਣ ਵਾਸਤੇ ਤੇ ਆਹ ਚੀਜ਼ਾਂ ਮੈਂ ਲੈ ਆਈਆਂ ਤਾਂ ਵਰਦੀ ਲੈ ਆਈ ਜਮ ਸ਼ੇਰ ਬੇਟੇ ਦੀ ਸਲੀਮ ਨਾਲ ਗਈ ਸੀ ਤੇ ਫਿਰ ਮੈਂ ਵਰਦੀ ਲੈ ਆਈ ਤੇ ਭਲਾ ਹੋਵੇ ਮੇਰੀ ਆਪੀ ਦਾ ਭੇਜੇ ਸੀ ਮੈਨੂੰ ਮੈਂ ਫਿਰ ਇੱਕ ਚੁੱਲਾ ਵੀ ਲੈ ਲਿਆ ਦੋਹਾਂ ਦਾ ਚੁੱਲਾ ਲਿਆ
यूनिफॉर्म बच्चे का बहुत खराब होया पे बरीक होया पे बाकी मैं हम यूनिफॉर्म रख दी बाकी बच्चे आ गए स्कूलों बच्चों को खाना दिनी बाकी वीडियो दान जिथे कर दी गए सारी अज की वीडियो अगर मेरे भाई भाई को पसंद आ गए मैं आपको शेयर करियो दुआ से अपनी भैन याद रखियो मेरी दुआ मेरे भैन भाई के नाल चल खाने।